ਤੁਸੀਂ ਸਾਰਿਆਂ ਨੇ ਸਪਾਰਟਨਸ ਦੀ ਵੀਰਤਾ ਬਾਰੇ ਤਾਂ ਸੁਣਿਆ ਹੋਵੇਗਾ ਕਿ 300 ਸਪਾਰਟਨਸ ਨੇ ਪਰਸ਼ੀਆ ਦੇ ਹਜ਼ਾਰਾਂ ਸੈਨਿਕਾਂ ਨਾਲ ਲੜਦੇ ਲੜਦੇ ਉਹਨਾਂ ਨੂੰ ਇੱਕ ਹਫ਼ਤੇ ਤੱਕ ਰੋਕ ਕੇ ਰੱਖਿਆ ਸੀ। ਕੀ ਤੁਸੀਂ ਇਹੋ ਜਿਹੀ ਬਹਾਦਰੀ ਦੀ ਕਹਾਣੀ ਭਾਰਤ ਦੇ ਸੂਰਵੀਰ ਯੋਧਿਆਂ ਦੀ ਸੁਣੀ ਹੈ ਜਾਂ ਨਹੀਂ? ਜੇ ਨਹੀਂ ਸੁਣੀ ਤਾਂ ਆਓ ਤੁਹਾਨੂੰ ਦੱਸੀਏ ਕਿ ਬੈਟਲ ਆਫ ਸਾਰਾਗੜੀ ਕੀ ਸੀ। ਇਸ ਜੰਗ ਨੇ ਕੁਰਬਾਨੀ ਅਤੇ ਵੀਰਤਾ ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ। ਗੱਲ ਕਰਦੇ ਹਾਂ ਸੰਨ 1897 ਦੀ, ਲਗਭਗ 120 ਸਾਲ ਪਹਿਲਾਂ ਹੋਈ ਇੱਕ ਜੰਗ ਦੀ, ਜਿੱਥੇ ਸਿੱਖ ਫੌਜਾਂ ਨੇ ਮੁਗਲ ਫੌਜਾਂ ਨੂੰ ਲੋਹੇ ਦੇ ਚਨੇ ਚਬਾ ਦਿੱਤੇ। ਬ੍ਰਿਟਿਸ਼ ਰਾਜ ਵਿੱਚ 36 ਸਿੱਖ ਰੈਜੀਮੈਂਟ ਦਾ ਨਾਮ ਬੜੇ ਮਾਣ ਅਤੇ ਫਖਰ ਨਾਲ ਲਿਆ ਜਾਂਦਾ ਸੀ। ਇਹ ਸਭ ਤੋਂ ਬਹਾਦਰ ਰੈਜੀਮੈਂਟ ਸੀ ਅਤੇ ਇਹ ਰੈਜੀਮੈਂਟ ਸਾਰਾਗੜੀ ਚੌਂਕੀ 'ਤੇ ਤੈਨਾਤ ਸੀ। ਇਹ ਚੌਂਕੀ ਗੁਲਸਤਾਨ ਅਤੇ ਲੋਕਹਾਟ ਕਿਲ੍ਹੇ ਦੇ ਵਿਚਕਾਰ ਮੌਜੂਦ ਸੀ। ਇਹ ਚੌਂਕੀ ਦੋਵਾਂ ਦੇ ਵਿੱਚ ਇੱਕ ਕਮਿਊਨੀਕੇਸ਼ਨ ਨੈੱਟਵਰਕ ਸੰਚਾਲਕ ਦਾ ਕੰਮ ਕਰਦੀ ਸੀ। 27 ਅਗਸਤ ਤੋਂ 11 ਸਤੰਬਰ 1897 ਵਿੱਚ ਪਸ਼ਤੂਰਾਂ ਨੇ ਇਸ ਉੱਪਰ ਬਹੁਤ ਹਮਲੇ ਕੀਤੇ। 1897 ਸਤੰਬਰ ਵਿੱਚ ਅਫਰੀਜੀ ਅਤੇ ਅਫਗਾਨਾਂ ਨੇ ਹੱਥ ਮਿਲਾ ਲਿਆ ਅਤੇ ਇਸ ਕਿਲ੍ਹੇ ਨੂੰ ਜਿੱਤਣ ਲਈ ਆਪਣਾ ਪੂਰਾ ਦਮਖਮ ਲਾ ਦਿੱਤਾ ਅਤੇ 18 ਸਤੰਬਰ 1987 ਨੂੰ 10,000 ਪਸ਼ਤੂਰਾਂ ਨੇ ਕਿਲ੍ਹੇ 'ਤੇ ਹਮਲਾ ਕਰ ਕਿਲ੍ਹੇ ਨੂੰ ਚਾਰੋਂ ਤਰਫੋਂ ਘੇਰ ਲਿਆ। ਹਮਲੇ ਹੋਣ ਦੇ ਤੁਰੰਤ ਹੀ ਲੈਫਟੀਨੈਂਟ ਇੰਚਾਰਜ ਗੁਰਮੁਖ ਸਿੰਘ ਨੇ ਲੈਫਟੀਨੈਂਟ ਕਰਨਲ ਜੌਨ ਹਾਫ ਨੂੰ ਹਮਲੇ ਦਾ ਸਾਰਾ ਬਿਊਰੋ ਦਿੱਤਾ। ਪਰ ਕਿਲ੍ਹੇ ਵਿੱਚ ਇੱਕਦਮ ਮਦਦ ਪਹੁੰਚਾਉਣੀ ਬਹੁਤ ਮੁਸ਼ਕਲ ਸੀ। ਸਾਰੀਆਂ ਉਮੀਦਾਂ ਟੁੱਟ ਗਈਆਂ ਪਰ ਸਿੱਖਾਂ ਨੇ ਪਸ਼ਤੂਰਾਂ ਅੱਗੇ ਸਿਰ ਝੁਕਾਉਣਾ ਨਾਮਨਜ਼ੂਰ ਸਮਝਿਆ। ਇਸ ਦੌਰਾਨ ਲਾਭ ਸਿੰਘ ਅਤੇ ਭਗਵੰਤ ਸਿੰਘ ਨੇ ਆਪਣੀ ਰਫਲ ਚੁੱਕ ਲਈ ਅਤੇ ਦੋਵਾਂ ਨੇ ਇਕੱਲਿਆਂ ਜੰਗ ਲੜਨ ਦਾ ਫੈਸਲਾ ਕੀਤਾ। ਦੁਸ਼ਮਣਾਂ ਨੂੰ ਗੋਲੀਆਂ ਨਾਲ ਭੁੰਦਾ ਹੋਇਆ ਅੱਗੇ ਨੂੰ ਵਾਧਾ ਹੋਇਆ ਭਗਵੰਤ ਸ਼ਹੀਦ ਹੋ ਗਿਆ ਅਤੇ ਫਿਰ ਫੌਜੀ ਈਸ਼ਰ ਸਿੰਘ ਨੇ ਮੋਰਚਾ ਸੰਭਾਲ ਲਿਆ ਅਤੇ ਸਿੱਖਾਂ ਦੇ ਹੌਸਲੇ ਦੇਖ ਦੁਸ਼ਮਣਾਂ ਵਿੱਚ ਹਾਹਾਕਾਰ ਮੱਚ ਗਈ। ਉਹਨਾਂ ਨੇ ਫਿਰ ਕਿਲ੍ਹੇ ਦੀ ਦੀਵਾਰ ਤੋੜਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਨਾਕਾਮ ਹੋ ਗਏ। ਹਵਲਦਾਰ ਈਸ਼ਰ ਸਿੰਘ ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਾਉਂਦਾ ਹੋਇਆ ਦੁਸ਼ਮਣਾਂ 'ਤੇ ਟੁੱਟ ਪਿਆ ਅਤੇ ਹੱਥੋਂ ਪਾਈ ਦੌਰਾਨ ਉਸਨੇ 20 ਤੋਂ ਵੱਧ ਪਸ਼ਤੂਰਾਂ ਨੂੰ ਇਕੱਲਿਆਂ ਹੀ ਮਾਰ ਦਿੱਤਾ। ਜੰਗ ਲੜਦੇ ਲੜਦੇ ਦਿਨ ਤੋਂ ਰਾਤ ਹੋ ਗਈ ਅਤੇ ਬਾਅਦ ਵਿੱਚ 21 ਵੀਰ ਜਵਾਨ ਸ਼ਹੀਦ ਹੋ ਗਏ ਅਤੇ ਜਿਉਂਦਿਆਂ ਉਹਨਾਂ ਨੇ ਇਸ ਫੌਜ ਦੇ ਅੱਗੇ ਸਿਰ ਝੁਕਾਉਣਾ ਨਾਮਨਜ਼ੂਰ ਸਮਝਿਆ ਅਤੇ ਲੜਦੇ ਲੜਦੇ ਸ਼ਹੀਦੀ ਦਾ ਜਾਮ ਬੀਤਾ। ਸੂਰਬੀਆ ਨੇ 1,000 ਤੋਂ ਵੱਧ ਅਫਗਾਨੀ ਮਾਰ ਦਿੱਤੇ ਅਤੇ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਕਰ ਦਿੱਤਾ। ਅਫਗਾਨੀ ਕਿਲ੍ਹਾ ਸਰ ਨਹੀਂ ਕਰ ਪਾਏ ਅਤੇ ਇੰਨੇ ਨੂੰ ਅੰਗਰੇਜ਼ੀ ਸਰਕਾਰ ਨੇ ਅਫਗਾਨੀਆਂ 'ਤੇ ਧਾਵਾ ਬੋਲ ਦਿੱਤਾ ਅਤੇ ਉਹ 2 ਦਿਨ ਵਿੱਚ ਹੀ ਅੰਗਰੇਜ਼ੀ ਸਰਕਾਰ ਅੱਗੇ ਸਰੈਂਡਰ ਕਰ ਗਏ। ਜਦ ਇਹ ਖਬਰ ਯੂਰਪ ਪਹੁੰਚੀ ਕਿ 21 ਸਿੱਖਾਂ ਨੇ 1,000 ਤੋਂ ਵੱਧ ਮੁਗਲਾਂ ਨੂੰ ਕਿਲ੍ਹਾ ਫਤਿਹ ਨਹੀਂ ਕਰਨ ਦਿੱਤਾ ਤਾਂ ਉਹਨਾਂ ਨੂੰ ਇਸ ਗੱਲ ਉੱਪਰ ਯਕੀਨ ਨਹੀਂ ਆਇਆ। ਅਗਲੇ ਦਿਨ ਬ੍ਰਿਟਿਸ਼ ਸੰਸਦ ਨੇ ਖੜ੍ਹੇ ਹੋ ਕੇ ਇਹਨਾਂ ਸਾਰੇ ਵੀਰਾਂ ਨੂੰ ਸੰਸਦ ਦੇ ਵਿੱਚ ਸਨਮਾਨ ਦਿੱਤਾ। ਸਾਰਿਆਂ ਨੂੰ ਇੰਡੀਅਨ ਹੋਨਰ ਆਫ ਸਪਿਰਿਟ ਦਿੱਤਾ ਗਿਆ ਜੋ ਅੱਜ ਦੇ ਪਰਮਵੀਰ ਚੱਕਰ ਦੇ ਸਮਾਨ ਹੈ। ਸਿੱਖਾਂ ਦੁਆਰਾ ਲੜਿਆ ਗਿਆ ਇਹ ਯੁੱਧ ਵਰਲਡ ਦੀਆਂ 5 ਸਭ ਤੋਂ ਤਾਕਤਵਰ ਲੜਾਈਆਂ ਵਿੱਚੋਂ ਇੱਕ ਹੈ ਅਤੇ ਇਹ ਲੜਾਈ ਯੂਰਪ ਦੇ ਸਕੂਲਾਂ ਵਿੱਚ ਵੀ ਪੜ੍ਹਾਈ ਜਾਂਦੀ ਹੈ। ਦੋਸਤੋ, ਸਾਨੂੰ ਇਸ ਵੀਰਤਾ ਦੀ ਕਹਾਣੀ ਸੁਣ ਕੇ ਭਾਰਤੀ ਅਤੇ ਸਿੱਖ ਹੋਣ 'ਤੇ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਇੱਕ ਸੱਚੇ ਦੇਸ਼ ਭਗਤ ਹੋਣ ਦੇ ਨਾਤੇ
ਫੇਸਬੁੱਕ ਅਤੇ ਵਟਸਐਪ 'ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਜੋ ਪੂਰੀ ਦੁਨੀਆ ਨੂੰ ਭਾਰਤ ਦੇ ਇਹਨਾਂ ਵੀਰਾਂ ਦੀ ਕਹਾਣੀ ਦਾ ਪਤਾ ਲੱਗੇ। ਧੰਨਵਾਦ। ਇਹ ਬਣਾਈ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆਪਣੀ ਰਾਏ ਦੇਣ ਲਈ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਛੇਤੀ ਹੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਇੱਕ ਨਵਾਂ ਸੱਚ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।